ਕੀ ਗੁਰੂ ਮੰਤਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਅਜੇ ਉਮੀਦਵਾਰ ਕਈ ਐਲਾਨ ਹੋਣੇ ਬਾਕੀ ਨੇ। ਗਲੀ ਗਲੀ ਮਹੱਲੇ ਮਹੱਲੇ ਜਾ ਕੇ ਜੀ ਮੈਂ ਸਿੰਪਲ ਲੋਕ ਪੈਂਦੇ 10 ਬੰਦੇ ਪੈਂਦੇ ਉਹਨਾਂ ਨੂੰ ਆਪ ਦੱਸੋ ਸਾਡੀ ਪਾਰਟੀ ਨੇ ਕੀ ਕੰਮ ਕੀਤੇ ਉਹ ਲੋਕਾਂ 'ਚ ਲੈ ਕੇ ਜਾਣਾ। ਕਿਹੜੇ ਕਿਹੜੇ ਏਰੀਏ 'ਚ ਕਿਵੇਂ ਜਾਣਾ ਵੈ ਜਾਂ ਰੈਲੀ ਕਰਨੀ, ਕੀ ਕੁਛ ਮੁੱਖ ਮੰਤਰੀ ਕਿਸ ਤਰੀਕੇ ਦੀ ਪਲੈਨਿੰਗ? ਫਤਿਹਗੜ੍ਹ ਸਾਹਿਬ ਦੇ ਏਜੰਡੇ ਕੀ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਉਂਕਿ ਤੁਹਾਡੇ 'ਤੇ ਟੈਗ ਲੱਗਦਾ ਹੈ ਕਿ ਦਲ ਬਦਲੂ ਹੋ ਤੁਸੀਂ? ਇਹ ਬੰਦੇ ਟਿਕਟ ਦੇ ਕੇ ਵੀ ਲੱਤਾਂ ਖਿੱਚਦੇ, ਤੁਸੀਂ ਬਹੁਤ ਦੇਖਿਆ ਮੇਰੇ ਨਾਲ ਜੋ ਹੋਇਆ, ਮੈਂ ਪਾਰਟੀ ਤੰਗ ਆ ਕੇ ਛੱਡੀ ਹੈ। ਚੰਨੀ ਦੀ ਵਜ੍ਹਾ ਕਰਕੇ ਤੁਸੀਂ ਪਾਰਟੀ ਛੱਡੀ, ਚੰਨੀ ਹੁਣ ਜਲੰਧਰ ਲੋਕ ਸਭਾ ਦੀ ਇਲੈਕਸ਼ਨ ਲੜ ਸਕਦੇ ਆ, ਚੰਨੀ ਹੋਰਾਂ ਦੀ ਕਿਸ ਤਰੀਕੇ ਦੀ ਸਿਆਸੀ ਪਾਰੀ ਤੁਹਾਨੂੰ ਨਜ਼ਰ ਆਉਂਦੀ ਔਰ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਲੱਗਦਾ ਜੀ? ਜਿਹੜਾ ਮੁੱਖ ਮੰਤਰੀ 2 ਆਪਣੀ ਸੀਟਾਂ ਦੇ ਹਾਰ ਜੇ ਉਹਨੂੰ ਤੀਜੀ ਜਗ੍ਹਾ 'ਤੇ ਲੋਕ ਮੂੰਹ ਨਹੀਂ ਲਾਉਣ। ਜੀ ਪੀ ਸਾਹਿਬ, ਮੁੱਖ ਮੰਤਰੀ ਦੇ ਨਾਲ ਬੈਠਕ ਹੋਈ, ਕੀ ਗੁਰੂ ਮੰਤਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਅਜੇ ਉਮੀਦਵਾਰ ਕਈ ਐਲਾਨ ਹੋਣੇ ਬਾਕੀ ਨੇ, ਜਿਹੜੀ ਥਾਵਾਂ ਦੇ ਉੱਤੇ ਐਲਾਨ ਹੋਏ ਨੇ ਉਹਨਾਂ ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜਾ ਵੈ ਉਮੀਦਵਾਰਾਂ ਦੇ ਨਾਲ ਚਰਚਾ ਕੀਤੀ ਜਾ ਰਹੀ ਹੈ? ਐਕਚੁਅਲੀ ਕੀ ਹੈ ਜੀ, ਹਰ ਜਿਵੇਂ ਲੋਕ ਸਭਾ ਜਿਵੇਂ ਫਤਿਹਗੜ੍ਹ ਸਾਹਿਬ ਸੀਗਾ, ਸਾਡੇ ਅੱਜ ਸਾਡੇ ਵਾਈਸ ਪ੍ਰੈਜੀਡੈਂਟ ਸੌਂਹ ਸਾਹਿਬ ਵੀ ਆਏ ਆ, ਨਾਲ MLA ਸਾਹਿਬ ਵੀ ਇੱਥੇ ਆਏ ਨੇ, ਉਹਨਾਂ ਤੋਂ ਫੀਡਬੈਕ ਲਈ ਵੀ ਹੈ ਵੀ ਗਰਾਊਂਡ ਲੈਵਲ 'ਤੇ ਕੀ ਹੈ ਅਤੇ ਗਰਾਊਂਡ ਲੈਵਲ 'ਤੇ ਆਪਾਂ ਕਿਹੜੇ ਕਿਹੜੇ ਕੰਮ ਲੋਕਾਂ ਨੂੰ ਕੋਲ ਲੈ ਕੇ ਜਾਵਾਂਗੇ, ਅਤੇ ਉਹ ਅੱਜ ਉਹਨਾਂ ਨੂੰ ਦੱਸਿਆ। ਅਤੇ ਜਿਵੇਂ ਅੱਜ ਸਾਰੇ MLA ਸਾਹਿਬ ਸੀ, ਉਹਨੇ ਫੀਡਬੈਕ ਬੜੀ ਵਧੀਆ ਦਿੱਤੀ ਹੈ ਗ੍ਰਾਸ ਰੂਟ 'ਤੇ ਵੀ ਲੋਕ ਭਗਵੰਤ ਮਾਨ ਜੀ ਦੇ ਕੰਮ ਕੀਤੇ ਆ ਉਹ ਲੋਕ ਪਸੰਦ ਕਰਦੇ। ਮੁੱਖ ਮੰਤਰੀ ਦੀ ਕਲਾਸ ਦੇ ਵਿੱਚ ਮੁੱਖ ਮੰਤਰੀ ਦਾ ਗੁਰੂ ਮੰਤਰ ਕੀ ਰਿਹਾ ਵਾ ਕਿ ਇਸ ਤਰੀਕੇ ਨਾਲ ਕੰਪੇਨ ਕਰੋ, ਇਹ ਚੀਜ਼ਾਂ ਕਰੋ? ਹਾਲੇ ਕੀ ਹੈ ਜੀ, ਉਹ ਜਿਵੇਂ ਕਹਿੰਦੇ ਆ ਪਿੰਡਾਂ ਜਾ ਕੇ ਸੱਥ 'ਚ, ਵੀ ਸੱਥ 'ਚ ਪ੍ਰੋਗਰਾਮ ਕਰਨੇ ਆ, ਵੀ ਕੋਈ ਬਾਹਲਾ ਪੈਸਾ ਨਹੀਂ ਖਰਚਣਾ, ਕੋਈ ਮੈਰਿਜ ਪੈਲਸਾਂ ਦੂਜਾ ਇੱਦਾਂ ਦੀ ਕੋਈ ਨਹੀਂ, ਵੀ ਸਿੰਪਲ ਤੌਰ 'ਤੇ ਆਪਾਂ ਜਾ ਕੇ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਜੀ ਮੈਂ ਸਿੰਪਲ ਲੋਕ ਪੈਂਦੇ 10 ਬੰਦੇ ਪੈਂਦੇ ਉਹਨਾਂ ਨੂੰ ਆਪ ਦੱਸੋ ਸਾਡੀ ਪਾਰਟੀ ਨੇ ਕੀ ਕੰਮ ਕੀਤੇ ਉਹ ਲੋਕਾਂ 'ਚ ਲੈ ਕੇ ਜਾਣਾ। 4 ਤੋਂ 5 ਦਿਨ ਹਲਕੇ 'ਚ ਲਗਾਉਂਗੇ, ਤੁਸੀਂ ਦੱਸਿਆ ਰੋਡ ਸ਼ੋਅ ਕੱਢਣੇ ਆ, ਕਿਹੜੇ ਕਿਹੜੇ ਏਰੀਏ 'ਚ ਕਿਵੇਂ ਜਾਣਾ ਵੈ ਜਾਂ ਰੈਲੀ ਕਰਨੀ, ਕੀ ਕੁਛ ਮੁੱਖ ਮੰਤਰੀ ਕਿਸ ਤਰੀਕੇ ਦੀ ਪਲੈਨਿੰਗ? ਅੱਜ ਕੀ ਹੈ ਜੀ, ਪਹਿਲਾਂ ਰੋਡ ਸ਼ੋਅ ਦਾ ਸਾਡਾ ਜੀ, ਬਾਕੀ ਪਿੰਡਾਂ 'ਚ ਵੇਲੇ ਜਿਵੇਂ 7 'ਚ ਪ੍ਰੋਗਰਾਮ ਹੋ ਗਏ ਅਤੇ ਹਰ ਹਲਕੇ 'ਚ ਗਲੀ ਗਲੀ ਮਹੱਲੇ ਜਾ ਕੇ ਲੋਕਾਂ ਨੂੰ ਡੋਰ ਟੂ ਡੋਰ ਵੀ ਆਪਾਂ ਕਰਾਂਗੇ ਜਾ ਕੇ, ਕਿਉਂਕਿ ਇਹਨਾਂ ਕੋਲ ਜਿਹੜੇ ਹੈਗੇ ਆ ਉਹ ਅਸੀਂ ਪਲਾਨ ਬਣਾ ਕੇ CM ਸਾਹਿਬ ਨੂੰ ਵੀ ਲੈ ਕੇ ਜਾਵਾਂਗੇ। ਫਤਿਹਗੜ੍ਹ ਸਾਹਿਬ ਦੇ ਏਜੰਡੇ ਕੀ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਉਂਕਿ ਤੁਹਾਡੇ 'ਤੇ ਟੈਗ ਲੱਗਦਾ ਹੈ ਕਿ ਦਲ ਬਦਲੂ ਹੋ ਤੁਸੀਂ, ਪਾਰਟੀ ਬਦਲ ਲਈ? ਐਕਚੁਅਲੀ ਕੀ ਹੈ, ਮੇਰਾ ਜਦੋਂ ਆਪਾਂ ਪਾਰਟੀ ਚੇਂਜ ਕਰਦੇ ਹਾਂ ਨਾ ਤਾਂ ਕੋਈ ਨਾ ਕੋਈ ਤਾਂ ਦੁੱਖ ਹੁੰਦਾ ਜੇ ਨਾ ਕੋਈ ਦਿੱਤਾ ਹੋਵੇ, ਪਰ ਪਾਰਟੀ ਦਾ ਐਕਚੁਅਲੀ ਕੀ ਹੈ, ਇਹ ਬੰਦੇ ਟਿਕਟ ਦੇ ਕੇ ਵੀ ਲੱਤਾਂ ਖਿੱਚਦੇ, ਤੁਸੀਂ ਬਹੁਤ ਦੇਖਿਆ ਮੇਰੇ ਨਾਲ ਜੋ ਹੋਇਆ, ਮੈਂ ਪਾਰਟੀ ਤੰਗ ਆ ਕੇ ਛੱਡੀ ਹੈ। ਅੱਜ ਭਗਵੰਤ ਮਾਨ ਜੀ ਨੂੰ ਮੈਂ ਇਸ ਕਰਕੇ ਪਸੰਦ ਕੀਤਾ ਕਿਉਂਕਿ ਇਹਨਾਂ 'ਚ ਡਿਸਪਲਿਨ ਬਹੁਤ ਜ਼ਿਆਦਾ, ਇਹਨਾਂ 'ਚ ਕੋਈ ਹੋਰ ਨਹੀਂ, ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹਿ ਤਾ ਜਾਂ ਕੇਜਰੀਵਾਲ ਸਾਹਿਬ ਨੇ ਕਹਿ ਤਾ ਉਹ 'ਤੇ ਮੋਹਰ ਹੁੰਦੀ ਹੈ। ਚੰਨੀ ਦੀ ਵਜ੍ਹਾ ਕਰਕੇ ਤੁਸੀਂ ਪਾਰਟੀ ਛੱਡੀ, ਚੰਨੀ ਹੁਣ ਜਲੰਧਰ ਲੋਕ ਸਭਾ ਦੀ ਇਲੈਕਸ਼ਨ ਲੜ ਸਕਦੇ ਆ, ਚੰਨੀ ਹੋਰਾਂ ਦੀ ਕਿਸ ਤਰੀਕੇ ਦੀ ਸਿਆਸੀ ਪਾਰੀ ਤੁਹਾਨੂੰ ਨਜ਼ਰ ਆਉਂਦੀ ਔਰ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਲੱਗਦਾ ਜੀ? ਜਿਹੜਾ ਮੁੱਖ ਮੰਤਰੀ 2 ਆਪਣੀ ਸੀਟਾਂ ਦੇ ਹਾਰ ਜੇ ਉਹਨੂੰ ਤੀਜੀ ਜਗ੍ਹਾ 'ਤੇ ਲੋਕ ਮੂੰਹ ਨਹੀਂ ਲਾਉਣੇ। ਤੁਹਾਡਾ ਮੁਕਾਬਲਾ ਕਾਂਗਰਸ ਨਾਲ ਹੈ, ਅਕਾਲੀ ਦਲ ਨਾਲ ਹੈ, ਬੀਜੇਪੀ ਦੇ ਨਾਲ ਹੈ, ਕਿਸ ਦੇ ਨਾਲ ਮੁਕਾਬਲਾ ਨਜ਼ਰ ਆਉਂਦਾ? ਕੋਈ ਕੈਂਡੀਡੇਟ ਐਲਾਨ ਨਹੀਂ ਕੀਤਾ ਅਤੇ ਜਿਵੇਂ ਲੱਗ ਰਿਹਾ ਮੇਰਾ ਕੋਈ ਕਿਸੇ ਨਾਲ ਮੁਕਾਬਲਾ ਨਹੀਂ, ਅਸੀਂ ਇਹ ਸੀਟ ਜਿੱਤਾਂਗੇ।